ਆਈ ਨਿਊਜ਼ ਵੱਲੋਂ ਆਈ ਹੋਈ ਟੀਮ ਨੂੰ ਮੇਰੇ ਵੱਲੋਂ ਅਤੇ ਮੇਰੇ ਪਿੰਡ ਦੀ ਸਮੂਹ ਪੰਚਾਇਤ ਅਤੇ ਸਮੂਹ ਜਿਹੜੇ ਸਮੂਹ ਜਵਾਨ ਆ ਵੀਰ ਨੇ ਉਹਨਾਂ ਵੱਲੋਂ ਜੀਓ ਆਇਆ ਆਪਾਂ ਟੀਮ ਨੂੰ ਆਖਦੇ ਹਾਂ। ਅਤੇ ਅੱਜ ਇਹਨਾਂ ਵੀਰਾਂ ਦੇ ਨਾਲ ਮਿਲ ਕੇ ਬੜੀ ਸਾਨੂੰ ਖੁਸ਼ੀ ਹੋਈ। ਮੇਰਾ ਪਿੰਡ ਕੋਟਲੀ ਲੇਹਲ ਤਹਿਸੀਲ ਬਟਾਲਾ ਡਿਸਟੋ ਗੁਰਦਾਸਪੁਰ ਦੇ ਵਿੱਚ ਬਲਾਕ ਸ੍ਰੀ ਹਰਗੋਬਿੰਦਪੁਰ ਦਾ ਪਿੰਡ ਹੈ। ਘੁਮਾਣ ਤੋਂ ਲਗਭਗ ਕੋਈ 7 ਕਿਲੋਮੀਟਰ ਦੀ ਦੂਰੀ 'ਤੇ ਬਿਆਸ ਰੋਡ 'ਤੇ ਇਹ ਪਿੰਡ ਪੈਂਦਾ। ਪੰਜ ਸਾਹਿਬ, ਜਿਵੇਂ ਕਿ ਤੁਹਾਡੇ ਪਿੰਡ ਦੇ ਵਿਕਾਸ ਅਤੇ ਵਿਕਾਸ ਪ੍ਰਤੀ ਜਾਣਕਾਰੀ ਜੀ, ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਭਾ ਸਰਪੰਚ ਸਾਹਿਬ ਆਏ, ਉਹ ਸਾਰੇ ਮੇਰੇ ਤੋਂ ਸਿਆਣੇ ਆ। ਜਿੰਨੀ ਕੁ ਉਹਨਾਂ ਨੂੰ ਸਮਤ ਵਾਹਿਗੁਰੂ ਨੇ ਦਿੱਤੀ, ਉਹਨਾਂ ਨੇ ਆਪਣੀ ਅੱਡੀ ਚੌਕੀ ਦਾ ਜ਼ੋਰ ਲਾ ਕੇ ਅਤੇ ਪਿੰਡ ਦੇ ਵਿਕਾਸ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ। ਹੁਣ ਇਹ ਸਰਪੰਚ ਹੀ ਨਹੀਂ, ਮੈਂ ਇਹਨੂੰ ਸੇਵਾਦਾਰੀ ਸਮਝਦਾ। ਇਹਦੀ ਜਿਹੜੀ ਬਾਗਡੋਰ ਆ 5 ਸਾਲ ਵਾਸਤੇ ਪਿੰਡ ਵਾਲੇ ਨੇ ਇਹ ਸੌਂਪੀ ਆ, ਅਤੇ ਇਹਦੇ ਵਿੱਚ ਮੈਂ ਕੋਈ ਵੀ ਕਸਰ ਜਿਹੜੀ ਅਜਿਹੀ ਆ ਥੋੜ੍ਹੇ ਪੈਸੇ ਦੇ ਨਾਲ ਜ਼ਿਆਦਾ ਕੁਝ ਕਰਨ ਦਾ ਯਤਨ ਕਰਾਂਗਾ। ਜਿੱਥੇ ਗੱਲ ਨਿਕਾਸ ਦੀ ਆ, ਨਿਕਾਸ ਦਾ ਮੇਰਾ ਇੱਕ ਸੁਪਨਾ ਸੀ ਕਿ ਮੈਂ ਆਪਣੇ ਪਿੰਡ ਦੇ ਵਿੱਚ ਸੀਵਰੇਜ ਪਾਵਾਂ, ਔਰ ਸੀਵਰੇਜ ਦਾ ਕੰਮ ਜਿਹੜਾ ਬੜੇ ਜ਼ੋਰਾਂ ਸ਼ੋਰਾਂ 'ਤੇ ਉਹ ਚੱਲ ਰਿਹਾ। ਇਹ ਮੇਰੇ ਅੰਦਰ ਸੀਵਰੇਜ ਪਾਉਣ ਦੀ ਜਿਹੜੀ ਰੁਚੀ ਆ ਨਾ, ਇਹ ਛੀਨੇ ਪਿੰਡ ਦਾ ਸਰਪੰਚ ਪੰਨਦੀਪ, ਉਹਦੇ ਪਿੰਡ ਮੈਂ ਗਿਆ ਸੀ, ਉੱਥੇ ਦਾ ਮਾਹੌਲ ਚੱਲ, ਉੱਥੇ ਦਾ ਵਿਕਾਸ ਅਤੇ ਨਿਕਾਸ ਦੇਖ ਕੇ ਮੇਰੇ ਅੰਦਰ ਇਹ ਰੁਚੀ ਪੈਦਾ ਹੋਈ ਕਿ ਜੇ ਰੱਬ ਨੇ ਕਦੇ ਜ਼ਿੰਦਗੀ 'ਚ ਇਹ ਸੇਵਾ ਦਾ ਮੌਕਾ ਦਿੱਤਾ ਤਾਂ ਮੈਂ ਆਪਣੇ ਪਿੰਡ ਦਾ ਜਿਹੜਾ ਸੀਵਰੇਜ ਵਾ ਉਹ ਜ਼ਰੂਰ ਪਾਵਾਂਗਾ। ਹੁਣ ਮੇਰੇ ਪਿੰਡ ਦੇ ਵਿੱਚ ਕੋਈ ਤਕਰੀਬਨ 2000 ਜਿਹੜਾ ਸਕੇਅਰ ਫੁੱਟ ਵਾ ਸੀਵਰੇਜ, ਉਹਦਾ ਕੰਮ ਚੱਲ ਰਿਹਾ, ਅੱਧਿਓ ਜ਼ਿਆਦਾ ਹੋ ਗਿਆ ਵਾ, ਬਾਕੀ ਕੰਮ ਜਿਹੜਾ ਅੱਜ ਵੀ ਉਹ ਨਿਰੰਤਰ ਚੱਲ ਰਿਹਾ ਵਾ। ਇੱਟ ਨੂੰ ਮਨਜ਼ੂਰੀ ਲੈ ਕੇ ਪੁੱਟ ਕੇ ਔਰ 250 ਫੁੱਟ ਜਿਹੜੀ ਸਾਡੇ ਐਸੀ ਸ਼ਮਸ਼ਾਨ ਘਾਟ ਦੇ ਵਿੱਚ 250 ਫੁੱਟ ਜਿਹੜੀ ਦੀਵਾਰ ਸੀ ਉਹ ਹੋਣ ਵਾਲੀ ਸੀ, ਉਹ ਬੇਕਾਰ ਇੱਟ ਜਿਹੜੀ ਅਸੀਂ ਥੱਲੇ ਦੱਬਣੀ ਸੀ, ਉਹ ਇੱਟ ਨੂੰ ਵੀ ਅਸੀਂ ਨਵੀਂ ਤੋਂ ਜ਼ਿਆਦਾ ਸਗੋਂ ਵਰਤੋਂ ਦੇ ਵਿੱਚ ਲੈ ਰਿਹਾ, ਜਿਹਦੇ ਨਾਲ ਮੇਰੀ ਪੰਚਾਇਤ ਮੇਰੇ ਪਿੰਡ ਦਾ ਕੋਈ 2.5 ਤੋਂ 4 ਲੱਖ ਰੁਪਇਆ ਜਿਹੜਾ ਸਾਡਾ ਉਹ ਬਚ ਗਿਆ ਉਹ ਕੰਧੇ ਨਾਲ, ਔਰ ਜਿਹੜੀ ਬਾਕੀ ਇੱਟ ਬਚਦੀ ਹੋਈ ਆ ਉਹ ਅਸੀਂ ਸਟਾਕ ਦੇ ਵਿੱਚ ਲੈ ਰਹੀ ਆ। ਜਿੱਥੇ ਹੌਦੀਆਂ ਦਾ ਕੰਮ ਕਰਨਾ ਸੀ ਸੀਵਰੇਜ ਦੇ ਵਿੱਚ, ਉਹ ਵੀ ਕੋਈ 8000 ਇੱਟ ਸਾਨੂੰ ਚਾਹੀਦੀ ਸੀ, ਉਹ ਵੀ ਅਸੀਂ ਪੁਰਾਣੀ ਇੱਟ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਵਰਤੋਂ ਦੇ ਵਿੱਚ ਲੈ ਆਉਂਦਾ। ਅਤੇ ਇਹ ਕਰਕੇ ਬਾਕੀ ਪੰਚਾਇਤ ਘਰ ਜਿਹੜੇ ਸ਼ਮਸ਼ਾਨ ਘਾਟ ਵਿਸ਼ੇਸ਼ ਤੌਰ 'ਤੇ ਸਕੂਲ ਵੱਲ ਧਿਆਨ ਦਿੱਤਾ ਜਾਵੇਗਾ, ਔਰ ਇਹ ਜਿਹੜਾ ਕੰਮ ਵਾ ਮੈਂ ਨਵੰਬਰ ਦੇ ਮਹੀਨੇ ਤੱਕ ਇਹ ਕੰਪਲੀਟ ਜਿਹੜੇ ਸਾਰੇ ਕੰਮ ਦੋਨੋਂ ਸ਼ਮਸ਼ਾਨ ਘਾਟ ਪੰਚਾਇਤ ਘਰ ਸਕੂਲ ਦੀ 500 ਫੁੱਟ ਕੋਈ ਕੰਧ ਹੋਣ ਦੀਵਾਰ ਹੋਣ ਵਾਲੀ ਆ, ਅਤੇ ਸੀਵਰੇਜ ਦਾ ਕੰਮ ਗਲੀਆਂ ਨਾਲਿਆਂ ਦਾ ਕੰਮ ਮੈਂ ਕੋਈ 4 ਮਹੀਨੇ ਤੋਂ ਲੈ ਕੇ 4 ਤੋਂ 5 ਮਹੀਨੇ ਦੇ ਵਿੱਚ ਇਹ ਮੈਂ ਸਾਰਾ ਜਿਹੜਾ ਕੰਮ ਇਹ ਮੈਂ ਆਪਣਾ UPI ਦੇ ਮੀਡੀਆ ਲਈ ਦੱਸਣਾ ਚਾਹੁੰਦਾ ਸਾਰੇ ਸਰਪੰਚਾਂ ਨੂੰ ਕਿ ਸਾਰੇ ਕੰਮ ਜਿਹੜੇ ਆ ਇਕੱਲੇ ਆਪ ਫੈਸਲਾ ਸਰਪੰਚ ਨਾ ਲੈਣ, ਪਿੰਡ ਦੇ ਵਿੱਚ ਬੜੇ ਹਰ ਪਿੰਡ ਦੇ ਵਿੱਚ ਸਿਆਣੇ ਲੋਕ ਹੁੰਦੇ ਨੇ, ਔਰ ਜਦੋਂ ਤੁਸੀਂ ਟੀਮ ਵਰਕ ਕੰਮ ਕਰੋਗੇ ਔਰ ਤੁਹਾਡੀ ਟੀਮ ਜਿਹੜੀ ਜਦੋਂ ਕੰਮ ਕਰ ਜਦੋਂ ਤੁਸੀਂ 10-15-20 ਬੰਦੇ ਮਿਲ ਕੇ ਕੰਮ ਕਰਦੇ ਹੋ ਔਰ ਸਲਾਹ ਨਾਲ ਕੰਮ ਕਰਦੇ ਹੋ, ਉਹ ਤੁਹਾਡੀ ਸਲਾਹ ਜਿਹੜੀ ਆ ਉਹਦੀ ਤੁਹਾਡੀ ਟੀਮ ਆ ਕਈ ਵਾਰੀ ਬਹੁਤ ਵਧੀਆ ਚੰਗੇ ਫੈਸਲੇ ਉਹਦੇ ਵਿੱਚ ਲਏ ਜਾਂਦੇ ਆ ਕਿ ਕੋਈ ਫਾਰਮੈਲਿਟੀ ਜਾਂ ਅਸੀਂ ਬਿੱਲਾਂ ਤੱਕ ਸੀਮਤ ਨਾ ਰਹਿ ਜਾਈਏ ਕਿ ਬਿੱਲ ਲੈ ਲਏ ਅਤੇ ਪਾਸ ਕਰਾ ਲਏ ਪੈਸੇ ਦੇ ਕੇ, ਇਹ ਕੰਮ ਨਾ ਹੋਵੇ। ਤਾਂ ਕਿ ਹਰੇਕ ਚੀਜ਼ ਨੂੰ ਗੂਗਲ 'ਤੇ ਸਰਚ ਮਾਰ ਕੇ ਦੇਖ ਲਓ, ਉਹਦਾ ਰੇਟ ਪਤਾ ਕਰ ਲਓ। ਮੈਂ ਜਿਹੜਾ ਪਾਈਪ ਸੀਵਰੇਜ ਵਿੱਚ ਵਰਤ ਰਿਹਾ ਉਹ 1976 ਦੀ ਫੈਕਟਰੀ ਨੇੜੇ ਜਲੰਧਰ ਦੇ ਚੱਲ ਰਹੀ ਆ, ਔਰ ISI ਮਾਰਕ ਆ ਉਹ ਸੀਵਰੇਜ ਵਿੱਚ ਜਿਹੜੇ ਪਾਈਪ ਵਰਤੇ ਜਾ ਰਹੇ ISI ਮਾਰਕ ਆ, ਕੌਂਦਰ ਵਾਲੀ ਪਾਈਪ ਆ ਜਿਹੜੀ ਆਪਾਂ ਇੰਟਰਲੋਕ ਗਲੀਆਂ ਵਿੱਚ ਵਰਤਾਂਗੇ ਉਹ ਵੀ ISI ਮਾਰਕ ਆ। ਆਪਾਂ ISI ਮਾਰਕਾਂ ਨੂੰ ਹੀ ਪਹਿਲ ਦੇ ਰਹੇ ਹਾਂ, ਬਾਕੀ ਵਾਹਿਗੁਰੂ ਨੇ ਜਿੰਨਾ ਕੁ ਮੈਨੂੰ ਟਾਈਮ ਦਿੱਤਾ ਮੈਂ 5 ਮਹੀਨੇ ਦੇ ਵਿੱਚ ਕੋਈ ਜਿਹੜਾ 4-5 ਸਾਲ ਦਾ ਕੰਮ ਮੈਂ 4-5 ਮਹੀਨੇ ਦੇ ਵਿੱਚ ਇਹ ਕੰਪਲੀਟ ਜਿਹੜਾ ਉਹ ਕਰ ਦੇਣਾ।